ਅੱਜ ਕੱਲ ਟਿੱਡੀ ਦਲ ਸਾਰੇ ਦੇਸ਼ ਵਿੱਚ ਕਿਸਾਨਾਂ ਦੀ ਜਾਨ ਦਾ ਦੁਸ਼ਮਣ ਬਣਿਆ ਹੋਇਆ ਹੈ, ਜਿਸ ਨੇ ਕਿਸਾਨਾਂ ਦੇ ਦਿਨਾਂ ਦਾ ਚੈਨ ਅਤੇ ਰਾਤ ਦੀ ਨੀਂਦ ਹਰਾਮ ਕਰ ਦਿੱਤੀ ਹੈ। ਜੀ ਹਾਂ, ਸਰਦੂਲਗੜ੍ਹ ਦੇ ਪਿੰਡ ਜਟਾਣਾ ਖੁਰਦ ਦੇ ਰਕਬੇ ਵਿੱਚ ਵੀ ਬਾਅਦ ਦੁਪਹਿਰ ਟਿੱਡੀ ਦਲ ਦਾ ਹਮਲਾ ਹੋ ਗਿਆ, ਜਿਸ ਨਾਲ ਕਿਸਾਨਾਂ ਦੇ ਹੋਸ਼ ਉੱਡ ਗਏ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਪਿੰਡ ਦੇ ਗੁਰਦੁਆਰੇ ਤੋਂ ਸਪੀਕਰ ਰਾਹੀਂ ਤੁਰੰਤ ਸਾਰੇ ਪਿੰਡ ਨੂੰ ਜਾਣਕਾਰੀ ਦਿੱਤੀ ਗਈ। ਉਸ ਤੋਂ ਬਾਅਦ ਕਿਸਾਨ ਖੇਤਾਂ ਵਿੱਚ ਪਹੁੰਚ ਕੇ ਟਿੱਡੀ ਦਲ ਨੂੰ ਭਜਾਉਣ ਵਿੱਚ ਜੁਟ ਗਏ, ਜਿਸ ਨਾਲ ਕਿਸਾਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਵੇਂ ਟਿੱਡੀ ਦਲ ਘੱਟ ਗਿਣਤੀ ਵਿੱਚ ਆਇਆ ਸੀ, ਪਰ ਇਸ ਤੋਂ ਬਾਅਦ ਵੀ ਕਿਸਾਨਾਂ ਦੇ ਚਿਹਰਿਆਂ 'ਤੇ ਟਿੱਡੀ ਦਲ ਦਾ ਖੌਫ ਸਾਫ਼ ਦੇਖਿਆ ਜਾ ਸਕਦਾ ਸੀ। ਕਿਸਾਨ ਟਿੱਡੀ ਦਲ ਦੇ ਨੁਕਸਾਨ ਤੋਂ ਘਬਰਾਏ ਹੋਏ ਰਾਤ ਨੂੰ ਵੀ ਕਣਕ ਵਿੱਚ ਛਿੱਟੀਆਂ ਦੀ ਲੈ ਕੇ ਘੁੰਮਦੇ ਰਹੇ ਸਨ। ਦੱਸ ਦਈਏ ਕਿ ਟਿੱਡੀ ਦਲ ਦੀ ਰਾਮਦ ਸਭ ਤੋਂ ਪਹਿਲਾਂ ਰਾਜਸਥਾਨ ਵਿੱਚ ਹੋਈ ਸੀ, ਜਿੱਥੇ ਟਿੱਡੀ ਦਲ ਵੱਲੋਂ ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ ਗਿਆ ਸੀ। ਕੁਝ ਦਿਨ ਪਹਿਲਾਂ ਬਠਿੰਡਾ ਵਿੱਚ ਵੀ ਟਿੱਡੀ ਦਲ ਦੇ ਆਉਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ, ਜਿਸ ਕਰਕੇ ਹੁਣ ਕਿਸਾਨਾਂ ਨੂੰ ਟਿੱਡੀ ਦਲ ਦੇ ਨੁਕਸਾਨ ਦਾ ਬਹੁਤ ਡਰ ਸਤਾ ਰਿਹਾ ਹੈ। ਉਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਟਿੱਡੀ ਦਲ ਦੇ ਕਰੋਪ ਤੋਂ ਪਹਿਲਾਂ ਕੋਈ ਸਥਾਈ ਹੱਲ ਲੱਭ ਕੇ ਦਿੱਤਾ ਜਾਵੇ। ਅੱਜ ਸਵੇਰੇ ਖੇਤ ਆਏ ਜੀ, ਰੇਹ ਸਿੱਟਣੀ ਸੀਗੀ ਅਸੀਂ ਬਾਣ 'ਚ ਜੀ। ਜਦੋਂ ਅਸੀਂ ਰੇਹ ਸਿੱਟਣੀ ਸ਼ੁਰੂ ਕਰੀ, ਉਹ ਟਿੱਡੇ ਜੇ ਮੂਹਰੋਂ ਸਾਡੇ ਉੱਡਣ ਲੱਗ ਗਏ ਬਾਣ ਦੇ ਵਿੱਚੋਂ ਜੀ। ਜਦੋਂ ਅਸੀਂ ਦੇਖਿਆ ਵੀ ਕੀ ਆ, ਹੁਣ ਮੋਬਾਈਲ 'ਤੇ ਰੋਜ਼ ਦੇਖਦੇ ਵੀ ਟਿੱਡੀ ਦਲ ਦਾ ਹਮਲਾ ਹੋ ਰਿਹਾ ਜੀ। ਜਦੋਂ ਅਸੀਂ ਦੇਖਿਆ ਤਾਂ ਉਹ ਮੂਹਰੇ ਬਾਣ 'ਚ ਗਾਂ ਹੋਏ ਹੋਰ ਜ਼ਿਆਦਾ ਉੱਡਣ ਲੱਗ ਗਈਆਂ ਜੀ। ਅਸੀਂ ਪਿੰਡ ਅਨਾਊਂਸਮੈਂਟ ਕਰਾ ਦੀ ਜਾ ਕੇ ਵੀ ਟਿੱਡੀ ਦਲ ਆ ਗਿਆ ਭਾਈ ਆਪਣੇ ਕੱਸੀ ਵਾਲੇ ਖੇਤਾਂ ਜੀ। ਸਾਰਾ ਪਿੰਡ ਆ ਗਿਆ, ਜਦੋਂ ਸਾਰਿਆਂ ਛੱਟੀਆਂ ਚੱਕ ਕੇ ਡਾਈਆਂ, ਅਸੀਂ ਪੂਰੀ ਕੋਸ਼ਿਸ਼ ਨਾਲ ਗੇਰਾਂ ਨੂੰ ਡਾਉਣ ਦੀ ਕੋਸ਼ਿਸ਼ ਕਰੀ, ਉਹ ਮੂਹਰੇ ਉੱਡੇ ਵੀ ਪੂਰੀ ਜੀ। ਜਦੋਂ ਸਾਰੀ ਡੱਕਰ ਡੁੱਕਰੀ ਅਤੇ ਹਜੇ ਵੀ ਵਿੱਚ ਰਾਤ ਨੂੰ ਹੁਣ ਅਸੀਂ ਬੈਠੇ ਹਾਂ, ਇੱਥੇ ਵੀ ਹਜੇ ਵੀ ਟਿੱਡੀ ਦਲ ਬੈਠਾ ਜੀ, ਇਹਨੂੰ ਉਠਾਉਣ ਦੀ ਕੋਸ਼ਿਸ਼ ਕਰੀ ਜਾਂਦੇ ਜੀ ਅਸੀਂ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰ ਰਹੇ ਜੀ, 60,000 ਨੂੰ ਬਾਹਰ ਲੈਤੇ ਹੋਏ ਜੀ। ਪਹਿਲਾਂ ਤਾਂ ਕਣਕਾਂ ਨੂੰ ਆਹ ਕਰਜ਼ਿਆਂ 'ਚ ਸੁੰਡੀ ਪਈ ਗਈ, ਉਹਨੇ ਬਹੁਤ ਸਪਰੇਹਾਂ ਕਰਾਈਆਂ ਜੀ। ਹੁਣ ਅੱਜ ਮਹਿਕਮਾ ਆਇਆ ਜੀ, ਉਹ ਸਾਨੂੰ ਆ ਕੇ ਬੋਲਦੇ ਕਹਿੰਦੇ ਸਪਰੇਅ ਕਰ ਦਿਓ ਤਾਂ ਇਹੀ ਹੱਲ ਹੈ ਜੀ, ਇਹ ਤਾਂ ਕੋਈ ਹੱਲ ਤਾਂ ਨਾ ਹੋਇਆ ਫਿਰ ਜੀ ਦਾ ਜੀ। ਇਸ ਪ੍ਰਕਾਰ ਵੱਧ ਰਹੇ ਟਿੱਡੀ ਦਲ ਦੇ ਹਮਲਿਆਂ ਤੋਂ ਗਰੀਬ ਕਿਸਾਨ ਪਰੇਸ਼ਾਨ ਹਨ, ਜਿਨ੍ਹਾਂ ਨੂੰ ਰਾਹਤ ਦੇਣ ਲਈ ਸਰਕਾਰ ਨੂੰ ਟਿੱਡੀ ਦਲ ਤੋਂ ਬਚਣ ਲਈ ਸਥਾਈ ਪ੍ਰਬੰਧ ਕਰਕੇ ਦੇਣੇ ਚਾਹੀਦੇ ਹਨ। ਸਰਦੂਲਗੜ੍ਹ ਤੋਂ ਸੁਰਜੀਤ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ, ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98 156 0 85 85 'ਤੇ। ਥੈਂਕ ਯੂ।